ਕੀਤਾ ਵਫਾਤ ਪਾ ਗਈਆਂ ਉਸ ਮਕਾਮ ਦੇ ਉੱਤੇ ਆਪ ਦਾ ਮਜ਼ਾਰੇ ਪੁਰਨਵਾਰ ਵੀ ਮੌਜੂਦ ਹੈ ਹਜ਼ਰਤ ਉਮੇ ਐਮਨ ਦੇ ਹਵਾਲੇ ਕੀਤਾ ਤੇ ਆਪਣੀ ਵਾਲਾ ਹਜ਼ੂਰ 6 ਸਾਲ ਦੀ ਉਮਰ ਦੇ ਵਿੱਚ ਆਪਣੀ ਵਾਲਦਾ ਦੇ ਕੋਲੋਂ ਜੁਦਾ ਹੋ ਗਏ ਫਤਹ ਮੱਕਾ ਤੋਂ ਬਾਅਦ ਹਿਜਰਤ ਕਰਨ ਤੋਂ ਬਾਅਦ ਜਿਹੜੇ ਅੱਛੇ ਦਿਨ ਆ ਗਏ ਸਾਹਬਾਂ ਦੀਆਂ ਲੈਣਾਂ ਲੱਗੀਆਂ ਇੱਕ ਦਿਨ ਮੇਰੇ ਆਕਾ ਅਲੈਹਿ ਸਲਾਤੁ ਵਸਲਾਮ ਮੁਸੱਲੇ ਇਮਾਮਤ ਤੇ ਆਏ ਤਕਬੀਰ ਹੋ ਗਈ ਹਜ਼ੂਰ ਅਲੈਹਿ ਸਲਾਤੁ ਵਸਲਾਮ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਹੱਦ ਨਿਗਾਹ ਤੱਕ ਸਾਹਬਾਂ ਦੀਆਂ ਸਫਾ ਲੱਗੀਆਂ ਹੋਈਆਂ ਮੇਰੇ ਆਕਾ ਫਰਮਾ ਕਾਸ਼ ਅੱਜ ਮੇਰੀ ਵਾਲਦਾ ਜ਼ਿੰਦਾ ਹੁੰਦੀ ਸੁਭਾਨ ਅੱਲਾਹ ਫਰਮਾਇਆ ਤਕਬੀਰ ਹੋਵੇ ਦੀ ਮੁਸੱਲੇ ਇਮਾਮਤ ਤੇ ਮੈਂ ਇੰਜਾ ਜਲਵਾ ਘਰ ਹੋਵਾਂ मेरी वालदा दरवाजा खटखटा के आख्या इब्नी मुहम्मदा ए मेरे बेटे मुहम्मद सल्लल्लाहु अलैहि वसल्लम फरमाया मैं नमाज छोड़ देवा नमाज बाद च अदा कराइया पहले अपनी वालदा दी कदम बोसी करके उन्होंने हुक्म मन्ना हाथ उन्होंने गल सुन के आवा दस्या के वालदा